ਸ਼ਹੀਦ ਪੀਰ ਸੈਯਦ ਹੈਦਰ ਸ਼ਾਹ ਸਾਹਿਬ ਇਹ ਖਿਤਾਬ ਫਰਮਾਉਣ ਜੋ ਔਜ਼ ਬਿੱਲਾ ਮਿਨ ਸ਼ੈਤਵਾਨ ਰਜੀਮ ਬਿਸਮਿਲ੍ਲਾ ਰਹਿਮਾਨ ਰਹੀਮ ਰਸੂਲ ਪਾਕ ਸੱਲਾ ਅਲੈਹਿ ਵਸੱਲਮ ਫਰਮਾਇਆ ਅਲੀ ਦਾ ਜ਼ਿਕਰ ਇਬਾਦਤ ਹੈ ਬੁਲੰਦ ਤਰ ਸਲਵਾਤ ਮਾਸ਼ਾਅੱਲਾ ਭਾਈ ਕੰਬਰ ਦੀ ਮਿਹਰਬਾਨੀ ਸ਼ਾਕਰ ਸਾਹਿਬ ਹੋਰਾਂ ਦੀ ਮਿਹਰਬਾਨੀ ਹੈ ਨਾ ਸਰਕਾਰ ਮੇਰੇ 'ਤੇ ਸ਼ਫਕਤ ਕੀਤੀ ਮੌਲਾਨਾ ਨੂੰ ਬਾਤ 'ਤੇ ਸ਼ਾਦ ਰੱਖੇ ਵਸਦੇ ਰਹਨ ਯਾ ਮੇਰਾ ਮੌਲਾ ਬਾਨੀਆਨ ਦਾ ਤਰੱਡਾ ਵਿਛਾਇਆ ਆਪਣੀ ਬਾਰਗਾਹ ਮਨਜ਼ੂਰ ਤੇ ਕਬੂਲ ਫਰਮਾਓ ਬਾਨੀਆਨ ਨੂੰ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਅਤਾ ਫਰਮਾਓ ਬਾਨੀਆਨ ਨੂੰ ਦੋਸਤਾਂ ਨਾਲ ਭਰਾਵਾਂ ਨਾਲ ਸਾਥੀਆਂ ਨਾਲ ਪੁੱਤਰਾਂ ਨਾਲ ਖਾਨਦਾਨ ਨਾਲ ਆਬਾਦ ਅਤੇ ਸ਼ਾਦ ਰੱਖੋ ਹਾਜ਼ਰੀਨ ਦਾ ਟੋਰਾਇਆ ਆਪਣੀ ਬਾਰਗਾਹ 'ਚ ਮਨਜ਼ੂਰ ਤੇ ਕਬੂਲ ਫਰਮਾਓ ਹਾਜ਼ਰੀਨ ਔਰ ਬਾਨੀਆਨ ਦੀ ਜਿਹੜੀ ਦਿਲੀ ਖਵਾਹਿਸ਼ਾਤ ਹੈ ਪਾਕਿਸਤਾਨ ਤੇਰੇ ਦਰਬਾਰ ਵਿੱਚ ਰੱਖਣੇ ਆ ਮਨਜ਼ੂਰ ਤੇ ਕਬੂਲ ਫਰਮਾਓ ਬਾਬਾ ਸਰਕਾਰ ਸਾਡੇ ਬਜ਼ੁਰਗ ਬਿਮਾਰ ਨੇ ਮੌਲਾ ਸਜਾਦ ਦੇ ਸਦਕੇ ਮਾ ਸਰਕਾਰ ਨੂੰ ਸ਼ਫਾ ਅਤਾ ਕਰੋ ਹੋਰ ਜਿਹੜਾ ਵੀ ਸ਼ਾਕਰ ਸਾਹਿਬ ਬਿਮਾਰ ਮੁਸ਼ਕਲ ਹੈ ਜਿਹੜੀ ਵੀ ਮੁਸ਼ਕਲ ਹੈ ਸ਼ੇਰੀ ਸਾਹਿਬ ਸ਼ਾਹ ਸਾਹਿਬ ਨੂੰ ਉਲਾਦ ਨਰੀਨਾ ਅਤਾ ਫਰਮਾਏ ਜਿਹੜੀ ਜਿਹੜੀ ਵੀ ਜਵੇਦ ਹੈ ਜਿਹੜੀ ਜਿਹੜੀ ਵੀ ਖਵਾਹਿਸ਼ਾਤ ਹੈ ਪਾਕਿਸਤਾਨ ਤੇਰੇ ਦਰਬਾਰ ਵੀ ਰੱਖਣੇ ਆ ਸਾਡੀ ਮਨਜ਼ੂਰ ਅਤੇ ਕਬੂਲ ਆਪਣੀ ਆਪਣੀ ਕਬੂਲੀਅਤ ਵਾਸਤੇ ਦੁਆਵਾਂ ਦੀ ਕਬੂਲੀਅਤ ਵਾਸਤੇ ਬੁਲੰਦ ਤਰ ਸਲਵਾਤ ਹਰ ਜਗ੍ਹਾ ਦੇ ਉੱਤੇ ਪੜ੍ਹਨਾ ਹੁੰਦਾ ਜਵੇਦ ਜੀ ਸ਼ਾਕਰ ਸਾਹਿਬ ਅੰਨਾ ਇਹਦੇ 'ਤੇ ਰੁਮਾਲ ਨਾ ਰੱਖੋ ਇਹਦੇ 'ਤੇ ਪਰਨਾ ਨਾ ਰੱਖੋ ਇਹਦੇ 'ਤੇ ਅੰਗੂਠੀ ਨਾ ਰੱਖੋ ਕੜੀ ਨਾ ਰੱਖੋ ਮੋਬਾਇਲ ਨਾ ਰੱਖੋ ਮੈਂਬਰੇ ਰਸੂਲ ਏ ਕਬਰੇ ਹੁਸੈਨ ਏ ਜੀ ਇਹਨੂੰ ਜਾਂ ਮੈਂਬਰੇ ਰਸੂਲ ਨਾ ਆਖੀਏ ਜਾਂ ਕਬਰੇ ਹੁਸੈਨ ਨਾ ਆਖੀਏ ਜੇ ਇਹਨੂੰ ਆਨੇ ਤਾਂ ਇਹਦਾ ਤਕੱਦਸ ਕਰੀਏ ਜਵੇਦ ਸਾਹਿਬ ਬਾਬਾ ਸਰਕਾਰ ਸ਼ੇਰੀ ਜੀ ਸ਼ਾਕਰ ਜੀ ਮੈਂ ਨਾ ਇੱਥੇ ਮੈਂਬਰੇ ਰਸੂਲ ਲਿਖਾਇਆ ਕਰੋ ਅਤੇ ਕਬਰੇ ਹੁਸੈਨ ਲਿਖਾਇਆ ਕਰੋ ਉੱਤੇ ਪੜ੍ਹਨੇ ਵਾਲੇ ਨੂੰ ਫਿਰ ਹੀ ਕੋਈ ਹਜ਼ਾ ਆ ਜਾਏ ਬਾਬਾ ਕਲਬ ਜੀ ਅਦਬ ਦੀ ਜਗ੍ਹਾ ਹੈ ਇਤਰਾਮ ਦੀ ਜਗ੍ਹਾ ਹੈ ਜੇ ਮਿਸਾਲ ਤਾਂ ਮਾਪ ਫਰਮਾਇਆ ਜਿਨ੍ਹਾਂ ਮੌਲਾ ਅਲੀ ਦੀ ਵਿਲਾ ਦਾ ਇਕਰਾਰ ਕਰ ਲਿਆ ਪਾਕ ਬੀਬੀ ਸਈਦਾ ਸਲਾਮੁੱਲਾ ਅਲੈਹਾ ਦਾ ਹਜ਼ਾ ਕਰ ਲਿਆ ਇਤਰਾਮ ਕਰ ਲਿਆ ਸ਼ਹਿਜ਼ਾਦੇ ਹਸਨ ਹੁਸੈਨ ਅਲੈਹ ਸਲਾਤੋ ਵਸਲਾਮ ਨਾਲ ਮੁਹੱਬਤ ਕਰ ਲਈ ਅਜ਼ਾਦਾਰੋ ਜੰਨਤ ਉਹਨੂੰ ਇਸ ਤਰ੍ਹਾਂ ਢੂੰਡੇਦੀ ਜਿਸ ਤਰ੍ਹਾਂ ਸੁਲੇਮਾਨ ਨੂੰ ਢੂੰਡਦੀ ਸੀ ਸਰਕਾਰ ਸ਼ਰਤ ਹੈ ਕਿ ਇਹਨਾਂ ਨਾਲ ਸਰਕਾਰ ਮੁਹੱਬਤ ਕੀਤੀ ਜਾਏ ਇਹਨਾਂ ਨਾਲ ਪਿਆਰ ਕੀਤਾ ਜਾਏ ਬਾਬਾ ਸਰਕਾਰ ਖਿਲਾਫਤ ਮਿਲ ਗਈ ਮੌਲਾ ਅਲੀ ਅਲੈਹ ਸਲਾਤੋ ਵਸਲਾਮ ਨੂੰ ਕੂਫਾ ਵਿੱਚ ਅਬੂ ਜ਼ਰ ਮੁਬਾਰਕ ਦਿੱਤੀ ਜ਼ੈਫਾ ਦਿੱਤੀ ਕੰਬਰ ਦਿੱਤੀ ਬਲਾਲ ਦਿੱਤੀ ਆਪਣਿਆਂ ਦਿੱਤੀ ਬਗਾਨਿਆਂ ਦਿੱਤੀ ਸਾਰਿਆਂ ਦਿੱਤੀ ਸੁਲੇਮਾਨ ਭਰਾਂ ਕੇ ਖਲੋ ਗਿਆ ਆਖਿਆ ਸੁਲੇਮਾਨ ਤੂੰ ਮੁਬਾਰਕ ਨਹੀਂ ਦਿੰਦਾ ਪਿਆ ਆਖਿਆ ਸੁਲੇਮਾਨ ਨੇ ਆਖਿਆ ਅਬੂ ਜ਼ਰ ਦਿੱਤੀ ਮਕਦਾਦ ਦਿੱਤੀ ਕੰਬਰ ਦਿੱਤੀ ਬਲਾਲ ਦਿੱਤੀ ਅਜ਼ੈਫਾ ਦਿੱਤੀ ਆਪਣਿਆਂ ਦਿੱਤੀ ਬਗਾਨਿਆਂ ਦਿੱਤੀ ਸਾਰਿਆਂ ਦਿੱਤੀ ਆਖਿਆ ਸਾਰਿਆਂ ਦਿੱਤੀ ਸ਼ਾਕਰ ਸਾਹਿਬ ਬਾਬਾ ਜੀ ਜਵੇਦ ਜੀ ਬਾਬਾ ਸ਼ਿਕਾਰ ਦੁਆਵਾਂ 'ਚ ਯਾਦ ਰੱਖਿਓ ਆਖਿਆ ਸਾਰਿਆਂ ਦਿੱਤੀ ਆਖਿਆ ਸਾਰਿਆਂ ਮੁਬਾਰਕ ਦੇ ਲਈਏ ਸਾਰਿਆਂ ਦੇ ਆਖਿਆ ਹੁਣ ਮਿੰਬਰ ਤੂੰ ਪਿਛਾਂ ਹਟ ਜਾਓ ਸਾਰੇ ਜਵੇਦ ਜੀ ਪਿਛਾਂ ਹਟੇ ਸੁਲੇਮਾਨ ਅਗਾਂ ਹੋ ਕੇ ਵੱਧ ਕੇ ਸੁਲੇਮਾਨ ਅਗਾਂ ਹੋ ਕੇ ਵੱਧ ਕੇ ਸੁਲੇਮਾਨ ਅਗਾਂ ਹੋ ਕੇ ਮਿੰਬਰ ਦੇ ਵੱਧ ਕੇ ਤਕੱਦ ਤਖਤ ਔਰ ਮਿੰਬਰ ਦੇ ਅਗਾਂ ਵੱਧ ਕੇ ਆਂਦਾ ਤਖਤ ਤੈਨੂੰ ਮੁਬਾਰਕ ਹੋਵੇ ਜਿਹਦੇ ਉੱਤੇ ਅਲੀ ਆਇਆ
ਚੌਸ਼ਾ ਅਲੀ ਸ਼ਹਿਨਸ਼ਾਹ ਜੱਗੇ ਬੁਲੰਦੀਆਂ ਦਾ ਮਾਲਕ ਹੈ ਜੇ ਤਖ਼ਤ ਤੈਨੂੰ ਮੁਬਾਰਕ ਹੋਵੇ, ਮਿੰਬਰ ਤੈਨੂੰ ਮੁਬਾਰਕ। ਮੌਲਾ ਅਲੀ ਸਲਾਤ ਵਸਲਾਮ ਨੂੰ ਸਰਕਾਰ ਨੇ ਦਸਤਾਰ ਬੰਨ੍ਹੀ, ਕਿੱਥੇ ਬੰਨ੍ਹੀ? ਖੁੰਮੇ ਗਦੀਰ 'ਤੇ। ਯਾ ਸਾਧ ਦਿਆ ਕਰੋ ਚੌਸ਼ਾ, ਖੁੰਮੇ ਗਦੀਰ 'ਤੇ ਦਸਤਾਰ ਬੰਨ੍ਹੀ, ਪੱਗ ਬੰਨ੍ਹੀ, ਮਿੰਬਰ ਮੀਮ ਮੀਮ ਬੇਰੇ ਮਿੰਬਰ ਹੈ। ਤੁਸੀਂ ਲੋ ਦੇ ਅਤੇ ਆਦਾਦ 12 ਨਿਕਲਣ ਦੇ, ਜੇ ਮੀਮ ਨੂਨ ਬੇਰੇ ਲੋ ਦੇ ਅਤੇ ਆਦਾਦ 13 ਨਿਕਲਣ ਦੇ ਸਰਕਾਰ ਇਸ ਮਿੰਬਰ ਦੇ, ਠੀਕ ਹੈ ਜੀ? ਤੁਸੀਂ ਦੋਵੇਂ ਮਿੰਬਰ ਮੈਂ ਸ਼ੱਕ ਵਿੱਚ ਗੱਲ ਹੀ ਨਹੀਂ ਰੱਖੀ। ਜੇ ਸ਼ਿਕਾਰ ਮੀਮ ਮੀਮ ਰੇ ਬੇ ਲੋ ਦੇ ਮਿੰਬਰ 12 ਨਿਕਲਣ ਦੇ, ਮੀਮ ਨੂਨ ਬੇ ਰੇ ਲੋ ਦੇ ਮਿੰਬਰ 13 ਨਿਕਲਣ ਦੇ, ਦਸਤਾਰ ਖੁੰਮੇ ਗਦੀਰ 'ਤੇ ਬੰਨ ਕੇ ਆਪਣੇ ਵੀਰ ਨੂੰ ਅਤੇ ਦੁਨੀਆ ਨੂੰ ਦੱਸਿਆ, ਆਖਿਆ ਮੇਰੇ ਮਿੰਬਰ ਦੇ ਵਾਰਸ 12, ਮੇਰੇ ਜਾਨਸ਼ੀਨ 12। ਬਾਬਾ ਸ਼ਿਕਾਰ ਮਿੰਬਰ ਖੁਦ ਅਦਾਦ ਮਿੰਬਰ ਦੇ 12, ਮਿੰਬਰ ਖੁਦ ਬੋਲ ਬੋਲ ਕੇ ਆਉਂਦਾ, ਮੇਰੇ ਵਾਰਸ 12, ਮੇਰੇ ਵਾਰਸ 12, ਮੇਰੇ ਵਾਰ ਮਿੰਬਰ ਦੇ ਆਦਾਦ, ਮਜਲਸ ਦੇ ਆਦਾਦ ਨੇ, ਸਪੀਕਰ ਦੇ ਆਦਾਦ ਨੇ, ਅਜ਼ਾਦਾਰ ਦੇ ਆਦਾਦ ਨੇ, ਜ਼ਵਾਰ ਦੇ ਆਦਾਦ ਨੇ। ਕਿਧਰੇ ਟਾਈਮ ਹੋਇਆ ਤਾਂ ਜ਼ਰੂਰ ਮੈਂ ਆਦਾਦ ਦੇ ਉੱਤੇ ਮਜਲਸ ਪੜ੍ਹਾਂਗਾ, ਠੀਕ ਹੈ ਸ਼ਿਕਾਰ? ਜਬ ਖੁਦਾ ਕਿਸੀ ਪਰ ਓਜੇ ਕਮਾਲ ਕਰਤਾ ਹੈ ਤੋ ਉਸੇ ਹੁਸੈਨ ਕੀ ਚੌਖਟ ਪੇ ਢਾਲ ਦੇਤਾ ਹੈ। ਜਬ ਖੁਦਾ ਕਿਸੀ ਪਰ ਓਜੇ ਕਮਾਲ ਕਰਤਾ ਹੈ ਤੋ ਉਸੇ ਹੁਸੈਨ ਕੀ ਚੌਖਟ ਪੇ ਢਾਲ ਦੇਤਾ ਹੈ। ਕਿਸੀ ਕੋ ਵੀ ਪਰਖਨਾ ਹੋ ਤੋ ਯਾ ਅਲੀ ਮਦਦ ਕਹੋ, ਯੇ ਵੋ ਅੰਬਲ ਹੈ ਜੋ ਛਜਰੇ ਖੰਗਾਲ ਦੇਤਾ ਹੈ। ਬਸ ਬੀਬੀ ਪਾਕ ਤੁਹਾਨੂੰ ਬਾਦਸ਼ਾਹ, ਬਸ ਹੱਕ ਦੇ ਅਦਦ ਨੇ 9, ਫਾਤਮਾ ਅਦਦ ਨੇ 135, 135 ਨੂੰ ਜਮ੍ਹਾਂ ਕਰੀਏ ਤਾਂ ਆਦਾਦ ਨਿਕਲਾਉਂਦੇ ਨੇ 9, ਖੇ ਦੇ 8 ਨੇ, ਕਾਫ ਦੇ 100 ਨੇ, 108, 108 ਨੂੰ ਤੁਸੀਂ ਜਮ੍ਹਾਂ ਕਰੋ ਦੇ ਅਤੇ 9 ਨਿਕਲੇਦਾ। ਹੱਕ ਕਿਸੇ ਦਾ ਨਾ ਖਾਓ, ਬੀਬੀ ਪਾਕ ਦੇ ਅਦਦ ਨੇ, ਚਾਹੇ ਮੈਂਬਰ 'ਤੇ ਹੋਵੇ, ਚਾਹੇ ਮਹਿਫਲ 'ਤੇ ਹੋਵੇ, ਚਾਹੇ ਮੈਦਾਨ 'ਤੇ ਹੋਵੇ। ਇਹ ਆਲਮਾ ਮਜਲਸ ਹੁਸੈਨ ਦੀ ਜਿਹੜੀ ਹੈ ਨਾ, ਇਹ ਚੋਸ਼ਬ ਦਰਸ। ਮੇਰੇ ਵਾਜਬ ਇਹਤਰਾਮ ਬੈਠੇ, ਮੇਰੇ ਬਾਈ ਬੈਠੇ, ਇਹਨਾਂ ਨੂੰ ਮੈਂਬਰ ਦਿਆਂ, ਸਾਡੀਆਂ ਵੀ ਅੱਗੇ ਡਿਊਟੀਆਂ ਨੇ, ਬੇਲੋਚ ਖਿਦਮਤ ਕਰ ਰਹੇ ਹਾਂ। ਮੈਂ ਇੱਥੇ 16 ਸਫ਼ਰ ਸ਼ੇਰੀ ਸ਼ਾਹ ਕੋਲ, ਕਲਬ ਸ਼ਾਹਰਾਂ ਕੋਲ ਪੜ੍ਹੀ, ਬਾਬਾ ਸ਼ਿਕਾਰ ਕੋਲ, ਅਤੇ ਮੈਂ ਇੱਥੇ ਹੀ ਮੈਨੂੰ ਸਾਈਂ ਨੇ ਦਾਵਤ ਦਿੱਤੀ, ਫਿਰ ਸਾਈਂ ਖਾਵਰ ਨੇ ਮੈਨੂੰ ਦਾਵਤ ਦਿੱਤੀ। ਮੈਂ ਉਹਨਾਂ ਨੂੰ ਆਖਿਆ ਸੀ 40 ਸਾਲ 50 ਹੋ ਗਏ ਨੇ, 47-48 ਸਾਲ ਏਜ ਹੋ ਗਈ ਹੈ, ਅਤੇ 40 ਸਾਲ ਘਰੋਂ ਹੀ ਤੇਲ ਪਵਾਇਆ ਹੈ, ਬਕਾਇਆ ਜ਼ਿੰਦਗੀ ਵੀ ਜਿਹੜੀ ਉਹ ਘਰੋਂ ਹੀ ਤੇਲ ਪਵਾਉਂਦਾ। ਡਿਪਟੀ ਸਾਈਂ ਕਿਉਂ, ਜੇ ਕਿਸੇ ਅੱਗੇ ਤਲੀ ਕਰਕੇ ਪਿਛਲੀ ਜਿਹੜਾ ਤੇਲ ਪਵਾਇਆ ਉਹਦੇ 'ਤੇ ਲੀਕ ਨਾ ਮਰਵਾ, ਛਾਵਾਂ ਦਾ ਪਤਾ ਕੋਈ ਨਹੀਂ। ਜੇ ਮਿੰਬਰ ਹੈ ਇੱਥੇ ਕਰੋ ਅਤੇ ਤਾਂ ਵੀ ਡਰੋ, ਨਾ ਕਰੋ ਅਤੇ ਤਾਂ ਵੀ ਡਰੋ। ਕਾਇਨਾਤ ਦੇ ਉੱਤੇ ਇਸ ਕਾਰਨੋਂ ਵੱਡਾ ਕਿਸੇ ਦਾ ਕਾਰੀ ਕੋਈ ਨਹੀਂ। ਫਰਿਸ਼ਤੇ ਪਾਕ ਬੀਬੀ ਦੇ ਦਰਵਾਜ਼ੇ 'ਤੇ, ਮਲਾਇਕਾ ਪਾਕ ਬੀਬੀ ਦੇ ਦਰਵਾਜ਼ੇ 'ਤੇ, ਜਨਾਤ ਪਾਕ ਬੀਬੀ ਦੇ ਦਰਵਾਜ਼ੇ 'ਤੇ, ਇਨਸਾਨ ਪਾਕ ਬੀਬੀ ਦੇ ਦਰਵਾਜ਼ੇ 'ਤੇ ਮੇਰੀ ਸ਼ਾਨ ਨੇ ਹਰ ਇੱਕ ਨੂੰ ਜਜ਼ਾ ਵੀ ਦਿੱਤੀ ਹੈ ਔਰ ਅਤਾ ਵੀ ਕੀਤਾ। ਕੋਈ ਵੀ ਖਾਲੀ ਪਾਕ ਸਹੀਦਾਂ ਨੇ
ਇਸ ਵੇੜੇ ਤੋਂ ਕੋਈ ਵੀ ਖਾਲੀ ਨਹੀਂ ਗਿਆ। ਮਾਲਕ ਤੁਹਾਡਾ ਟੋਰਾ ਆ, ਆਪਣੀ ਬਾਰਗਾਹ ਮਨਜ਼ੂਰ ਅਤੇ ਕਬੂਲ ਫਰਮਾਏ। ਬਾਨੀਆਂ ਦਾ ਤਰੱਡਾ ਵਿਛਾਇਆ, ਆਪਣੀ ਬਾਰਗਾਹ ਮਨਜ਼ੂਰ ਅਤੇ ਕਬੂਲ ਫਰਮਾਏ। ਇੱਕ ਮਿੰਟ ਦਾ ਮਿੰਟ ਮਸਾਹਿਬ ਦਾ ਜੁਮਲਾ ਬਸ ਜ਼ਾਕਰ ਸਾਹਿਬ ਬਹਿੰਦੇ ਨੇ, ਮੈਂ ਇੱਕ ਮਿੰਟ ਦਾ ਮਿੰਟ ਜੁਮਲਾ ਮਸਾਹਿਬ ਦਾ ਪੜ੍ਹ ਕੇ ਮਿੰਬਰ ਵਾਜਬ ਇਤਰਾਮ ਦੇ ਵਾਲੇ ਆਓ। ਜ਼ਾਕਰ ਸਾਹਿਬ ਇੱਕ ਸਲਵਾਤ ਪੜ੍ਹ ਲਓ, ਬਾਅਦ ਇਹ ਤੋਬਾ ਦੀ ਜਗ੍ਹਾ ਹੈ, ਪਾਕ ਸ਼ਹੀਦਾਂ ਦਾ ਦਰਵਾਜ਼ਾ ਤੋਬਾ ਦੀ ਜਗ੍ਹਾ ਹੈ, ਇੱਥੇ ਆ ਕੇ ਤੋਬਾ ਕਰੋ। ਇਸ ਕਾਰ ਤੋਂ ਬਾਹਰ ਜੋ ਦਿਲ ਬਣ ਜਾਓ, ਇਸ ਕਾਰ ਆਵੋ ਤਾਂ ਫਕੀਰ ਬਣ ਜਾਓ। ਜੋ ਵੀ ਪਾਕ ਸ਼ਹੀਦਾਂ ਦੇ ਦਰ ਕਾ ਫਕੀਰ ਹੋ ਜਾਏ, ਜੋ ਵੀ ਪਾਕ ਸ਼ਹੀਦਾਂ ਦੇ ਦਰ ਦਾ ਫਕੀਰ ਹੋ ਜਾਏ, ਦੁਨੀਆ ਔਰ ਆਖਰਤ ਦਾ ਅਮੀਰ ਹੋ ਜਾਏ। ਬਸ ਰੋਣਾ ਰਿਹਾ 17 ਨੂੰ ਜ਼ਾਕਰ ਸਾਹਿਬ ਮਜਲਿਸ ਮੈਂ ਪੜ੍ਹ ਰਿਹਾ ਸਾਂ ਮੱਛੀਆਣੀ 17 ਸਫ਼ਰ ਨੂੰ ਸਕਾਰ। ਮੈਂ ਕਿਹਾ 3 ਦਿਨ ਰਹਿ ਗਏ ਨੇ, ਭੈਣ ਭਰਾ ਦਾ ਚੇਲਮ ਕਰਨ ਆਉਂਦੀ ਹੈ ਵੀ। ਜ਼ਾਕਰ ਸਾਹਿਬ ਅੱਗੇ ਬੈਠੇ ਸਨ, ਉਹਨਾਂ ਕਿਹਾ ਪੀਰਾ ਦਰਸ਼ਾ ਇਹ ਗੱਲ ਮੈਨੂੰ ਦੱਸ, ਕਿਆ ਭੈਣ ਭਰਾ ਦਾ ਸੌਖਾ ਚੇਲਮ ਕਰਨ ਆਈਏ? ਵਸਦੇ ਰਹੋ ਜੀ, ਨਜਾਤ ਦੇ ਆਸੂ ਨੇ ਜੰਨਤ ਵਿੱਚ ਲੈ ਜਾਂਦੇ। ਮੈਂ ਕਿਹਾ ਜ਼ਾਕਰ ਸਾਹਿਬ ਨਾ ਭੈਣ ਕਰਬਲਾ ਤੂੰ ਸੌਖੀ ਗਈ ਏ, ਅਤੇ ਨਾ ਬਾਬਾ ਸਿਕਾਰ ਕਰਬਲਾ ਦੇ ਵਿੱਚ ਸੌਖੀ ਆਈ ਏ। ਮਾਮੇ ਜ਼ਮਾਨਾ ਫਰਮਾਇਆ, ਮੇਰਾ ਸਲਾਮ ਹੋ ਮੇਰੀ ਉਸ ਜੱਦ ਪਰ, ਸ਼ਾਮ ਜ਼ਦਾਨ ਕੈਦਖਾਨੇ ਦੇ ਵਿੱਚ ਮੌਸਮ ਦੀ ਵਜ੍ਹਾ ਤੋਂ ਜਿਨ੍ਹਾਂ ਦੇ ਚਿਹਰਿਆਂ ਦੇ ਰੰਗ ਬਦਲ ਗਏ। ਨਾ ਸੌਖੀ ਗਈ ਚੋ ਸ਼ਾਹ, ਨਾ ਸੌਖੀ ਆਈ। ਮੈਨੂੰ ਇਹ ਜਟਕੇ ਪੁਰਾਣੇ ਜ਼ਿਮੀਂਦਾਰ ਬੰਦੇ ਬੈਠੇ ਹੋ, ਸਦਾਤ ਉਮਤ ਬੈਠੇ ਹੋ, ਇੱਕ ਮੇਰੇ ਨਾਲ ਗੱਲ ਤਾਂ ਕਰੋ ਕਲਬ ਸ਼ਾਹ ਜੀ, ਸਾਰੇ ਆਪਣੇ ਹੋ ਬਾਬਾ ਸਿਕਾਰ, ਮੈਨੂੰ ਇਮਾਨਦਾਰੀ ਨਾਲ ਦੱਸੋ, ਧੀਆਂ ਜੇ ਵੇਲੇ ਪੇਕਿਆਂ ਘਰਾਂ ਵਿੱਚ ਆਉਂਦੀਆਂ ਨੇ, ਕਬਰਸਤਾਨ ਵਿੱਚ ਆਉਂਦੀਆਂ ਨੇ ਕਿ ਵਸਦਿਆਂ ਘਰਾਂ ਵਿੱਚ ਆਉਂਦੀਆਂ ਨੇ? ਅਤੇ ਮੇਰੀ ਸ਼ਰੀਕਤੁਲ ਹੁਸੈਨ ਅਲੀ ਦੀ ਬੇਟੀ ਦਿਆਂ ਭਰਾਵਾਂ ਦਾ ਜਿਹੜਾ ਕਬਰਸਤਾਨ ਹੈ ਨਾ, ਉਹ ਸਾਲ ਵਿੱਚ ਨਹੀਂ ਬਣਿਆ, 6 ਮਹੀਨੇ ਵਿੱਚ ਨਹੀਂ ਬਣਿਆ, 1 ਮਹੀਨੇ ਵਿੱਚ ਨਹੀਂ ਬਣਿਆ, ਕੋਈ ਦਿਨਾਂ ਵਿੱਚ ਨਹੀਂ ਬਣਿਆ, ਚੰਦ ਲੰਮਿਆਂ ਵਿੱਚ ਕਬਰਸਤਾਨ ਬਣ ਗਿਆ। ਬਸ ਆਈ ਪੇਕੇ ਕਬਰਸਤਾਨ ਦੇ ਵਿੱਚ, ਆਈ ਪੇਕੇ ਕਬਰਸਤਾਨ ਦੇ ਵਿੱਚ ਮਾਇਓਨ ਦੀ ਸਾਲ ਦੇ ਬਾਅਦ, ਜਵੇਦ ਚੇਲਮ ਸਾਲਾਂ ਬਾਅਦ ਹੁੰਦੇ ਨੇ ਜੀ। ਆ ਵੇ ਹਬੀਬੀ, ਅੱਜ ਤੇਰੇ ਵੀਰ ਦਾ ਥਾਂ ਥਾਂ 'ਤੇ ਚੇਲਮ ਪਿਆਉਂਦਾ, ਹਲ ਮਿਨ ਨਾਸ ਜਨ ਸੋ ਨਾਸਤੀਆਂ ਸਦਾਵਾਂ ਦੇ, ਅੱਜ ਮੋਮਨ ਜਵਾਬ ਪੇ ਦਿੰਦੇ ਨੇ। ਆਈ ਪੇਕੇ ਕਬਰਸਤਾਨ ਦੇ ਵਿੱਚ ਮਾਇਓਨ ਦੀ ਸਾਲ ਦੇ ਬਾਅਦ, ਆਖੇ ਦੇ ਦੇ ਬੋਸੇ ਕਬਰਾਂ ਨੂੰ, ਆਖੇ ਦੇ ਦੇ ਬੋਸੇ ਕਬਰਾਂ ਨੂੰ, ਮੇਰੇ ਥੀਗੇ ਹੱਥ ਆਜ਼ਾਦੇ। ਮੇਰੀ ਸ਼ੈਨ ਕੀ ਆਖਿਆ ਆਪਣੇ ਵੀਰ ਨੂੰ? ਮੇਰੀ ਸ਼ੈਨ ਫਰਮਾਇਆ, ਤੇਰਾ ਜ਼ੀਨ ਤੂੰ ਲਾਣਾ ਚੰਨ ਵੀਰਨ, ਤੇਰਾ ਜ਼ੀਨ ਤੂੰ ਲਾਣਾ ਚੰਨ ਵੀਰਨ, ਅੱਜ ਵੀ ਮੈਂ ਗਰੀਬ ਭੈਣ ਨੂੰ ਯਾਦ ਏ, ਉੱਠ ਮਿਲ ਬਾਕਰ ਤੇ ਸਜਾਦ ਕੂ, ਤੇਰੀ ਗਿਣ ਆਈਆਂ ਔਲਾਦ ਏ। ਅਲਾ ਲਾਨਤੁਲਾਹ ਅਲਲ ਕੌਮ ਜ਼ਾਲਿਮੀਨ ਨਾ ਲਿਲਾਹ ਆਓ।